ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜਮੁਨਾ ਕਿਨਾਰੇ ਗੁਰਦੁਆਰਾ ਮਜਨੂ ਕਾ ਟੀਲਾ ਦੱਖਣੀ ਕੰਢੇ ਤੇ ਝੁੱਗੀ ਚੌਪੜੀ 'ਚ ਰਹਿ ਰਹੇ ਪਾਕਿਸਤਾਨੀ ਹਿੰਦੂ ਸਿੱਖ ਸ਼ਰਨਾਰਥੀਆਂ ਨੂੰ ਤਤਕਾਲ ਨਾਗਰਿਕਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਰਵਰੀ 2 ਤੋਂ 16 ਫਰਵਰੀ 2020 ਤੱਕ 60 ਪਰਿਵਾਰ ਪਾਕਿਸਤਾਨ ਤੋਂ ਨਵੀਂ ਦਿੱਲੀ ਪੁੱਜੇ ਹਨ। ਅੱਜ ਇਹ ਸਾਰੇ ਪਾਕਿਸਤਾਨੀ ਪਰਿਵਾਰ 160 ਪਰਿਵਾਰ ਨੇ, 10 ਪਰਿਵਾਰ ਕੱਲ੍ਹ ਆਏ ਨੇ, 50 ਪਰਿਵਾਰ ਜਿਹੜੇ ਸੀ 2 ਤਰੀਕ ਤੋਂ ਲੈ ਕੇ ਜੇ 7 ਤਰੀਕ ਤੱਕ ਆਏ ਸੀ, ਔਰ 100 ਪਰਿਵਾਰ ਜਿਹੜਾ ਪਿਛਲੇ 15-20 ਦਿਨਾਂ 'ਚ ਆਇਆ ਹੋਇਆ ਜਿਹੜਾ ਇੱਥੇ। ਇਹ ਸਾਰੇ 160 ਪਰਿਵਾਰਾਂ ਦੇ ਮੁਖੀਆ, ਉਹਨਾਂ ਦੇ ਪਰਿਵਾਰ ਦੇ ਲੋਕ ਬੈਠ ਕੇ ਭਾਰਤ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਨੇ ਕਿ ਸਾਨੂੰ ਇਹ ਪਾਕਿਸਤਾਨ ਵਾਪਸ ਨਹੀਂ ਜਾਣਾ। ਜੋ ਕੁਛ ਸਾਡੇ ਨਾਲ ਹੋਇਆ ਹੈ ਉਹ ਧਰਮ ਦੇ ਆਧਾਰ 'ਤੇ, ਜੋ ਸਾਡੇ ਨਾਲ ਜਾਤੀਆਂ ਹੋਈਆਂ, ਸਾਡੀਆਂ ਬੱਚੀਆਂ ਅਗਵਾ ਕਰ ਲਈਆਂ ਗਈਆਂ, ਜਬਰਨ ਬੱਚਿਆਂ ਨੂੰ ਨਿਕਾਹ ਕਰ ਦਿੱਤਾ ਗਿਆ, ਅਗਵਾ ਕਰਕੇ ਉਹਨਾਂ ਨੂੰ ਉਹਨਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਜਿਹੜੇ ਅੰਤਿਮ ਸੰਸਕਾਰ ਨਹੀਂ ਕਰਨ ਦਿੱਤੇ ਜਾਂਦੇ। ਕਿਹਾ ਜਾਂਦਾ ਹੈ ਕਿ ਤੁਸੀਂ ਸੰਸਕਾਰ ਜਲਾ ਨਹੀਂ ਸਕਦੇ, ਤੁਹਾਨੂੰ ਦਫਨਾਉਣਾ ਪਊਗਾ। 2-2, 3-3 ਦਿਨ ਤੱਕ ਲਾਸ਼ਾਂ ਸੜਦੀਆਂ ਰਹਿੰਦੀਆਂ ਨੇ, ਔਰ ਅਗਰ ਇਹ ਪਤਾ ਲੱਗ ਜਾਏ ਕਿ ਇਹਨਾਂ ਨੂੰ ਵੀਜ਼ਾ ਮਿਲ ਗਿਆ ਤਾਂ ਇਹਨਾਂ ਦੇ ਪਾਸਪੋਰਟ ਜਲਾ ਦਿੱਤੇ ਜਾਂਦੇ ਨੇ, ਘਰਾਂ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ। ਇਹ ਸਾਰੀ ਮਾਨਸਿਕਤਾ ਜੋ ਪੀੜਿਤ ਕੀਤੀ ਜਾਂਦੀ ਆ ਉਹ ਧਰਮ ਦੇ ਕਾਰਨ ਆ, ਇਸ ਕਰਕੇ ਇਹ ਮੁਲਕ ਛੋੜ ਕੇ ਭੱਜਣ 'ਚ ਮਜਬੂਰ ਹੋਏ ਨੇ। ਇਹਨਾਂ ਨੇ ਅੱਜ ਮੰਗ ਕੀਤੀ ਹੈ ਭਾਰਤ ਸਰਕਾਰ ਤੋਂ ਕਿ ਸਾਨੂੰ ਇੱਥੋਂ ਦੀ ਨਾਗਰਿਕਤਾ ਦਿੱਤੀ ਜਾਵੇ, ਅਸੀਂ ਸਨਮਾਨ ਨਾਲ ਰਹਿ ਸਕੀਏ, ਕਿਉਂਕਿ ਜਦੋਂ ਤੋਂ ਆਏ ਨੇ ਇਹ ਅੱਜ ਤੋਂ ਬਾਅਦ ਇਹ ਕਦੀ ਵਾਪਸ ਨਹੀਂ ਜਾਣਗੇ, ਔਰ ਨਾਲ ਹੀ ਇਹਨਾਂ ਦੇ ਬੱਚੇ ਇੱਥੇ ਪੜ੍ਹ ਨਹੀਂ ਸਕਦੇ ਜੇ ਨਾਗਰਿਕਤਾ ਨਹੀਂ ਹੋਊਗੀ, ਦਿੱਲੀ ਤੋਂ ਬਾਹਰ ਵੀ ਨਹੀਂ ਜਾ ਸਕਦੇ ਜੇ ਨਾਗਰਿਕਤਾ ਨਹੀਂ ਹੋਊਗੀ। ਇਸ ਕਰਕੇ ਭਾਰਤ ਸਰਕਾਰ ਇਹਨਾਂ ਦੀ ਗੱਲ ਸੁਣੇ, ਅਸੀਂ ਵੀ ਇਹਨਾਂ ਦਾ ਪੁਰਜ਼ੋਰ ਵਿੱਚ ਸਮਰਥਨ ਕਰਦੇ ਹਾਂ, ਅਸੀਂ ਵੀ ਇਹਨਾਂ ਦੀ ਲੜਾਈ ਲੜਾਂਗੇ, ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮਿਲੇ ਸੀ ਕਿ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਇੱਥੇ ਵਸੇਵਾ ਦੇਵਾਂਗੇ। ਹੁਣ ਇਹ ਪਰਿਵਾਰ ਜਿਹੜੇ ਨੇ ਇੱਥੇ ਵਸੇਵਾ ਮੰਗਦੇ ਨੇ ਔਰ ਇਹਨਾਂ ਨੂੰ ਇੱਥੋਂ ਦੀ ਨਾਗਰਿਕਤਾ ਦਿੱਤੀ ਜਾਵੇ, ਇਹਦਾ ਅਸੀਂ ਪੁਰਜ਼ੋਰ ਸਮਰਥਨ ਕਰਾਂਗੇ। ਰਾਣਾ ਸਿੰਘ ਦੇ ਲਰਕਾਣਾ ਸਿੰਧ ਪਾਕਿਸਤਾਨ ਅੰਦਰ ਜੋ ਇੱਕ ਸਿੱਖ ਪਰਿਵਾਰ ਦੀ ਦਸਤਾਰ ਉਤਾਰੀ ਗਈ ਸੀ, ਉਹਨੂੰ ਕੁੱਟਿਆ ਗਿਆ ਸੀ ਪੁਲਿਸ ਦੁਆਰਾ, ਇਹ ਵਿਸ਼ਾ ਸੀ ਦੀਪਕ ਮਿੱਤਲ ਜੀ ਜੋ ਦਿੱਲੀ ਦੇ ਅੰਦਰ ਵਿਦੇਸ਼ ਮੰਤਰਾਲੇ 'ਚ ਜੁਆਇੰਟ ਸੈਕਟਰੀ ਪਾਕਿਸਤਾਨ ਨੂੰ ਡੀਲ ਕਰਦੇ ਉਹਨਾਂ ਨੇ ਕੋਈ ਰੇਜ਼ ਕੀਤਾ ਸੀਗਾ। ਉਹਨਾਂ ਨੇ ਅੱਜ ਸਵੇਰੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਉਹ ਪਾਕਿਸਤਾਨ ਹਾਈ ਕਮਿਸ਼ਨ ਕੋਲ ਇਸ ਮੈਸ਼ਰ ਨੂੰ ਟੇਕ ਅਪ ਕਰ ਰਹੇ ਨੇ ਔਰ ਇਨਸ਼ੋਰ ਕਰਨਗੇ ਕਿ ਪਾਕਿਸਤਾਨ ਹਾਈ ਕਮਿਸ਼ਨ ਜਿਹੜਾ ਹੈ ਉਹ ਉੱਥੋਂ ਦੀ ਸਰਕਾਰ ਨੂੰ ਹਦਾਇਤ ਦੇਵੇ ਔਰ ਉੱਥੋਂ ਦੀ ਸਰਕਾਰ ਉਹਨਾਂ ਪੁਲਿਸ ਵਾਲਿਆਂ ਨੂੰ ਜਿੱਥੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰੇ, ਮੁਕੱਦਮਾ ਦਰਜ ਕਰੇ, ਉੱਥੇ ਹੀ ਉਹ ਸਿੱਖ ਭਰਾ ਦੇ ਨਾਲ ਜੋ ਜਾਤੀ ਹੋਈ ਆ ਉਸ ਨੂੰ ਇਨਸਾਫ਼ ਦਵਾਵੇ। ਇਹਦੇ ਵਾਸਤੇ ਅਸੀਂ ਹਾਈ ਕਮਿਸ਼ਨ ਨੂੰ ਟੇਕਅਪ ਕੀਤਾ। ਸਾਨੂੰ ਉਮੀਦ ਆ ਕਿ ਉਸ ਪਾਕਿਸਤਾਨ ਦੇ ਸਾਡੇ ਸਿੱਖ ਵੀਰ ਦੇ ਉੱਤੇ ਜਿਸ ਤਰੀਕੇ ਨਾਲ ਤਸ਼ੱਦਦ ਕੀਤੀ ਗਈ, ਉਹਦੀ ਦਸਤਾਰ ਲਾਈ ਗਈ, ਡੰਡਿਆਂ ਨੂੰ ਕੁੱਟਿਆ ਗਿਆ, ਉਹਦੇ 'ਚ ਉਹਨੂੰ ਇਨਸਾਫ਼ ਜ਼ਰੂਰ ਮਿਲੇਗਾ। ਹਾਈ ਕਮਿਸ਼ਨ ਨੇ ਸਾਨੂੰ ਇਨਸ਼ੋਰੈਂਸ ਦਿੱਤੀ ਆ ਕਿ ਉਹ ਉੱਥੋਂ ਦੇ ਹਾਈ ਕਮਿਸ਼ਨ ਨਾਲ ਗੱਲਬਾਤ ਕਰਕੇ ਇਸ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਨਗੇ।